ਸਤਿ ਸ਼੍ਰੀ ਅਕਾਲ ਜੀ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ, ਇਹ ਵੀਡੀਓ ਸਿਰਫ ਅਤੇ ਸਿਰਫ ਐਂਟਰਟੇਨਮੈਂਟ ਲਈ ਹੈ, ਕੋਈ ਵੀ ਸੀਰੀਅਲ ਨਾ ਲਿਓ। ਅਤੇ ਚਲੋ ਵੀਡੀਓ ਸਟਾਰਟ ਕਰਦੇ ਹਾਂ। ਵਾਹ, ਕਿਤਾ ਫੋਨ ਆ ਗਿਆ ਅਗਲੇ ਭਾਈ, ਇਹਨਾਂ ਨੂੰ ਕੀ ਕੰਮ ਪੈ ਗਿਆ? ਚਲੋ ਪੁੱਛਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਆ। ਹਾਂਜੀ, ਦੱਸੋ ਕਿਵੇਂ ਲਾਇਆ ਸੀ ਫੋਨ? ਯਾਰ, ਤੁਸੀਂ ਫੋਨ ਕੀਤਾ ਕੋਈ ਕੰਮ ਲਈ ਕੀਤਾ ਹੋਊਗਾ? ਸਮਝ ਨਾ ਪਾਇਆ ਮੈਂ। ਉਹ ਮੈਂ ਕਿਹਾ ਕੁਛ ਚਾਹੀਦਾ ਹੈ? ਕੀ ਚਾਹੀਦਾ ਹੈ? ਤੇਰੇ ਗਲ ਵਾਲੀ ਹੀ ਗਾਨੀ। ਨਾ ਭਾਜੀ, ਮੈਂ ਨਹੀਂ ਦੇ ਸਕਦਾ ਗਾਨੀ, ਇਹ ਮੈਨੂੰ ਕਿਸੇ ਨੇ ਬੜੇ ਪਿਆਰ ਨਾਲ ਗਿਫਟ ਕੀਤੀ ਹੈ, ਮਤਲਬ ਕਿਸੇ ਮੇਰੇ ਦੋਸਤ ਨੇ ਕੀਤੀ ਆ। ਤੂੰ ਕਰਦੇ ਹਾਂ, ਤੂੰ ਕਰਦੇ ਹਾਂ। ਭਾਈ, ਤੁਹਾਡੇ ਕੋਲ ਇੰਨੇ ਪੈਸੇ ਆ, ਤੁਸੀਂ ਖਰੀਦ ਕਿਉਂ ਨਹੀਂ ਲੈਂਦੇ? ਕੀ ਕਰਨਾ ਇੰਨੇ ਪੈਸਿਆਂ ਦਾ ਤੁਸੀਂ? ਅੱਛਾ, ਫਿਰ ਮੈਂ ਕੀ ਕਰਾਂ? ਅੱਛਾ, ਇਹ ਦੱਸੋ ਵੀ ਤੁਸੀਂ ਇਹਦਾ ਮੁੱਲ ਕਦੋਂ ਮੋੜੋਗੇ? ਫਿਰ ਮੁੱਲ ਵੀ ਤਾਂ ਮੋੜੇ ਨਹੀਂ ਜਾਣੇ। ਲੈ, ਆਹ ਕੀ ਗੱਲ ਹੋਈ? ਮੈਂ ਕਿਹੜਾ ਇੱਥੇ ਬਾਲੀਵੁੱਡ ਦਾ ਸਟਾਰ ਆ? ਬਾਲੀਵੁੱਡ ਦੀਆਂ ਹੁਣ ਤੇਰੇ ਉੱਤੇ ਅੱਖਾਂ ਨੇ। ਹੈ ਸੱਚੀ? ਤੁਹਾਨੂੰ ਕਿਵੇਂ ਪਤਾ ਲੱਗਿਆ ਮੇਰੀ ਵੀਡੀਓਸ ਇੰਨੀ ਹਿੱਟ ਹੋ ਗਈਆਂ? ਤੁਹਾਨੂੰ ਤਾਂ ਹੀ ਕੀਤਾ, ਤੈਨੂੰ ਇੰਸਟਾ ਤੇ ਲੱਖਾਂ। ਭਾਈ, ਸ਼ਰੇਆਮ ਹੀ ਗੱਪ ਮਾਰਦੇ, ਹਲੇ ਤਾਂ ਮੇਰੇ 4700 ਫੋਲੋਅਰ ਆ ਇੰਸਟਾਗ੍ਰਾਮ ਤੇ। ਪਰ ਕੋਈ ਨਹੀਂ, ਆਪਾਂ ਮਿਹਨਤ ਜਾਰੀ ਰੱਖਣੀਆਂ ਵਾ। ਤੁਸੀਂ ਗਾਨੀ ਦੇ ਬਦਲੇ ਕਿੰਨੇ ਪੈਸੇ ਦਓਗੇ? ਕੁਝ ਵੀ ਨਹੀਂ, ਤੇਰੀ ਸੌ। ਫਿਰ ਮੈਂ ਨਹੀਂ ਦੇਣੀ ਗਾਨੀ। ਮੰਨ ਜਾ ਤੂੰ। ਭਾਈ, ਤੁਸੀਂ ਤਾਂ ਮਤਲਬੀ ਹੋ। ਮਤਲਬੀ ਤੂੰ ਏ, ਮਤਲਬੀ ਮੈਂ ਨਾ। ਓ ਭਾਜੀ, ਮੈਂ ਮਤਲਬੀ ਹਾਂ ਪਰ ਪੈਸਿਆਂ ਦਾ ਨਹੀਂ, ਮੈਂ ਮਤਲਬੀ ਹੈਗਾ ਤੇ ਸਿਰਫ ਵਿਊਵਰ ਦੇ ਪਿਆਰ ਦਾ ਵਾਂ। ਬਾਕੀ ਗੱਲਾਂ ਛੱਡ। ਹਾਂਜੀ, ਦੱਸੋ। ਚਿਹਰਾ ਮਾਸੂਮ ਜਿਹਾ ਨਹੀਂ ਤੇਰੇ ਦਿਲ ਚ ਸ਼ੈਤਾਨੀ। ਭਾਜੀ, ਹੁਣ ਤੁਸੀਂ ਬਟਰਿੰਗ ਕਰਨ ਲੱਗ ਗਏ? ਦੇਖ ਲੈ ਤੂੰ, ਸੋਚ ਲੈ ਤੂੰ। ਭਾਜੀ, ਹੁਣ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਗਾਨੇ ਵੀ ਲੈ ਲੈਣੀ ਆ ਤੇ ਪੈਸੇ ਵੀ ਨਹੀਂ ਦੇਣੇ? ਮੈਂ ਨਹੀਂ ਕਹਿੰਦਾ। ਲੈ ਭਾਜੀ, ਤੁਹਾਨੂੰ ਹੋ ਕੀ ਗਿਆ ਵਾ? ਸਮਝ ਨਾ ਲੱਗੇ ਯਾਰਾ ਕੀ ਮੈਨੂੰ ਹੋ ਗਿਆ। ਓਹੋ, ਚਲੋ ਭਾਈ ਲੈ ਤੁਸੀਂ ਗਾਨੀ, ਕੋਈ ਗੱਲ ਨਹੀਂ। ਹੈ, ਇਹਦਾ ਮਤਲਬ ਸਾਰੀ ਜਿਹੜੀ ਗੱਲਾਂ ਕੀਤੀਆਂ ਉਹ ਮਖੌਲ ਸੀ? ਮੇਰਾ ਟਾਈਮ ਬਰਬਾਦ ਕੀਤਾ? ਤੁਹਾਡਾ ਦਿਮਾਗ ਖਰਾਬ ਆ? ਹੱਦੋਂ ਵੱਧ ਮੇਰਾ ਟਾਈਮ ਖਰਾਬ ਕੀਤਾ ਨਾ ਤੁਸੀਂ, ਹੁਣ ਅੱਗੇ ਤਾਂ ਮੈਨੂੰ ਫੋਨ ਨਾ ਕਰਿਓ। ਓਕੇ ਬਾਈ। ਹਾਂਜੀ, ਵੀਡੀਓ ਤੁਸੀਂ ਦੇਖ ਲਈ ਹੋਏਗੀ, ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ, ਅਤੇ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਇੱਥੇ ਮੈਂ ਯੂਜ਼ਰ ਨੇਮ ਦਿੱਤਾ ਹੋਇਆ, ਅਤੇ ਨੈਕਸਟ ਰੋਜ਼ ਕਿਸ 'ਤੇ ਕਰੀਏ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੰਗਾ ਜੀ, ਮਿਲਦੇ ਹਾਂ ਅਗਲੀ ਵੀਡੀਓ। ਸਤਿ ਸ਼੍ਰੀ ਅਕਾਲ।